ਦੇ ਆਸਤੂ ਦੀ ਤਾਜ਼ਾ ਤ੍ਰਿੰਸੁਰ ਤੇ ਹਾਲ ਤੂ ਤੁਸੀਂ ਦੋਸਤਾਂ ਨੂੰ ਅਗਾਹ ਕਰਦੇ ਹਾਂ ਹੈਡ ਸੁਲਮਾਨ ਕੀ ਤੇ ਪਾਣੀ ਉਹ ਸੂਬੋ ਸ਼ਾਮ ਤੱਕ ਵਧਣਾ ਹੈ ਬਸ ਉਸ ਤੋਂ ਬਾਅਦ ਨਹੀਂ ਵਧਣਾ ਹੈਡ ਗੰਡਾ ਸਿੰਘ ਤੇ ਪਾਣੀ ਦੀ ਸਤਾ ਦੇ ਵਿੱਚ ਥੋੜਾ ਜਿਹਾ ਕਮੀ ਆਈ ਹੈ ਲੇਕਿ ਹੈਡ ਸੁਲਮਾਨ ਕੀ ਤੇ ਪਾਣੀ ਦੀ ਸਤਾ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਬਰ ਰਹਿਮਤੁਲ੍ਲਾਹਿ ਵ ਬਰਕਾਤੁਹ ਤੋ ਕੈਸੇ ਹੈ ਮੇਰੇ ਪਿਆਰੇ ਭਾਈ ਉਮੀਦ ਕਰਦੇ ਹਾਂ ਠੀਕ ਹੋ ਸਨ ਖੈਰੀਅਤ ਨਾਲ ਹੋ ਸਨ ਦੋਸਤੋ ਤਿੰਨੋ ਹੈਡਾਂ ਦੀ ਹੈਡ ਗੰਡਾ ਸਿੰਘ ਹੈਡ ਸੁਲਮਾਨ ਕੀ ਹੋਰ ਹੈਡ ਇਸਲਾਮ ਦਰਿਆਸਤਲੂ ਦੀ ਤਾਜ਼اترین ਸੂਰਤ ਹਾਲ ਤੁਸਾਂ ਦੋਸਤਾਂ ਨੂੰ ਵਗਾਹ ਕਰਦੇ ਆਂ ਵੀਡੀਓ ਨੂੰ ਤੁਸਾਂ ਦੋਸਤਾਂ ਬਿਲਕੁਲ ਹੀ ਸਕਿਪ ਨਹੀਂ ਕਰਨਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਲਾਜ਼ਮੀ ਦੇਖਣਾ ਦੋਸਤੋ ਪਹਿਲੇ ਤੁਸਾਂ ਦੋਸਤਾਂ ਨੂੰ ਥੋੜੀ ਤਫਸੀਲਾਂ ਤੁਸਾਂ ਦੋਸਤਾਂ ਨਾਲ ਸ਼ੇਅਰ ਕਰ ਦੇ ਵੀਏ ਮੈਂ ਵੀਡੀਓ ਚ ਨਹੀਂ ਆਉਣਾ ਚਾਹੁੰਦਾ ਸਿਰਫ ਵਾਇਸਓਵਰ ਕਰਾਂ ਸੇ ਵੀਡੀਓ ਦੇ ਪਿੱਛੇ ਲੇਕਿਨ ਕਾਫੀ ਦੋਸਤਾਂ ਦੇ ਨਾਲ ਕਮੈਂਟਸ ਵਗੈਰਾ ਆ ਰਹੇ ਨੇ ਕਿ ਭਾਈ ਸਾਨੂੰ ਦੱਸੋ ਕਿ ਹੈਡ ਸੁਲਮਾਨ ਕੀਤੇ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਪਾਣੀ ਟਪ ਸਕਦਾ ਹੈ ਹੈਡ ਇਸਲਾਮ ਤੇ ਜ਼ਿਆਦਾ ਤੋਂ ਜ਼ਿਆਦਾ ਕਿੰਨਾ ਪਾਣੀ ਆ ਸਕਦਾ ਹੈ ਕਿੰਨਾ ਟਪ ਸਕਦਾ ਹੈ ਗੁਜ਼ਰ ਸਕਦਾ ਹੈ ਕੁਝ ਦੋਸਤਾਂ ਦੇ ਕਮੈਂਟ ਆ ਰਹੇ ਨੇ ਕਿ ਲੁੱਡਣ ਸ਼ਹਿਰ ਨੂੰ ਕਿੰਨਾ ਖਤਰਾ ਹੈ ਕੁਝ ਦੋਸਤਾਂ ਦੇ ਕਮੈਂਟ ਆ ਰਹੇ ਨੇ ਦੋ ਤਿੰਨ ਦਿਨਾਂ ਤੋਂ ਕਿ ਭਾਈ ਜਿਹੜਾ ਸਿੰਧ ਦਾ ਇਲਾਕਾ ਹੈ ਨਾ ਕੱਚੇ ਦਾ ਇਲਾਕਾ ਉੱਥੇ ਕਿੰਨਾ ਖਤਰਾ ਹੈ ਭਾਈ ਅੱਗੇ ਦਾ ਮੈਨੂੰ ਨਹੀਂ ਪਤਾ ਮੈਂ ਹੈਡ ਇਸਲਾਮ ਔਰ ਹੈਡ ਸੁਲਮਾਨ ਕੀ ਔਰ ਹੈਡ ਗੰਡਾ ਸਿੰਘ ਦੀ ਤਾਜ਼ਾਤਰੀਨ ਅਪਡੇਟ ਤੁਸਾਂ ਦੋਸਤਾਂ ਨਾਲ ਸ਼ੇਅਰ ਕੀਤੀ ਰੱਖਸਾਂ ਲੇਕਿਨ ਇਹ ਦਰਿਆ ਸਤਲੁਜ ਹੈ ਨਾ ਜਿਹੜਾ ਦਰਿਆ ਸਤਲੁਜ ਇਹ ਤੁਹਾਨੂੰ ਖੁਦ ਨੂੰ ਪਤਾ ਹੈ ਕਿ ਅੱਗੇ-ਅੱਗੇ ਕਿਦੇ ਜਾਂਦਾ ਹੈ ਇਹ ਜਿਹੜੇ ਭਾਈ ਰਹਿਣ ਵਾਲੇ ਨਾ ਦਰਿਆਵਾਂ ਦੇ ਕੱਚੇ ਸਾਈਡਾਂ ਵਾਲੇ ਉਹਨਾਂ ਦੋਸਤਾਂ ਨੂੰ ਜ਼ਿਆਦਾ ਬਿਹਤਰ ਪਤਾ ਹੈ ਜਿਹੜੇ ਦਰਿਆ ਦੇ ਨਜ਼ਦੀਕ-ਨਜ਼ਦੀਕ ਬੈਠੇ ਨੇ ਕਿ ਸਾਨੂੰ ਖਤਰਾ ਹੈ ਕਿ ਨਹੀਂ ਇਹ ਤੁਸਾਂ ਖੁਦ ਜ਼ਿਹਨ ਚ ਗੱਲ ਰੱਖੋ ਕੇ ਹੈਡ ਗੰਡਾ ਸਿੰਘ ਤੇ ਪਾਣੀ ਦੀ ਸਤਾ ਦੇ ਵਿੱਚ ਥੋੜਾ ਜਿਹਾ ਕਮੀ ਆਈ ਏ ਲੇਕਿਨ ਇਤਨੀ ਜ਼ਿਆਦਾ ਨਹੀਂ ਆਈ ਇਸ ਟਾਈਮ ਵੀ 2 ਲੱਖ ਤੇ ਤਕਰੀਬਨ 8000 ਕਿਊਸਕ ਪਾਣੀ ਉਥੋਂ ਚੱਲਦਾ ਪਿਆ 2 ਲੱਖ ਤੋਂ ਜ਼ਿਆਦਾ ਹੈਡ ਗੰਡਾ ਸਿੰਘ ਤੇ ਕੱਲ ਸੂਬਾ ਨਾਲ ਪੌਣੇ 3 ਲੱਖ ਆਈ ਸ਼ਾਮ ਨੂੰ ਤਕਰੀਬਨ ਸ਼ਾਮ ਤੱਕ ਕੱਲ ਦੀ ਡੇਟ 'ਚ ਨਾ 19 ਤਰੀਕ ਦੀ ਡੇਟ 'ਚ 9000 ਕਿਊਸਕ ਘਟਾ ਲੇਕਿਨ ਜੇ ਰਾਤ ਗੁਜ਼ਰ ਗਈ ਏ ਇਹਦੇ ਵਿੱਚ ਤਕਰੀਬਨ 15-17000 ਫਿਰ ਘਟ ਗਿਆ ਤੇ ਅੱਜ ਦਿਨ ਦੇ ਵਿੱਚ ਫਿਰ ਪਾਣੀ ਦੇ ਵਿੱਚ ਕਮੀ ਆਈ ਏ ਲੇਕਿਨ ਆਪਾਂ ਸਾਰੇ ਭਾਈ ਦੁਆ ਮੰਗੀਏ ਕਿ ਪਾਣੀ ਦੇ ਵਿੱਚ ਕਮੀ ਹੀ ਆਵੇ ਅਗਰ ਇਹ ਜਿਹੜਾ ਰੇਲਾ ਆਮਦਾ ਪਿਆ ਇਹ ਵੀ ਕਾਫੀ ਜ਼ਿਆਦਾ ਨੁਕਸਾਨات ਕਰ ਰਿਹਾ ਹੈ ਅਗਰ ਪਿੱਛੇ ਮਜ਼ੀਦ ਅਗਰ ਸਿਲਾਬੀ ਹੋਰ ਰੇਲਾ ਆ ਜਾਂਦਾ ਨਾ ਤੇ ਉਹ ਤਾਂ ਫਿਰ ਕਾਫੀ ਜ਼ਿਆਦਾ ਨੁਕਸਾਨ ਕਰਸੀ ਉਹਦੀ ਤਾਂ ਫਿਰ ਨਾ ਜਿਹੜੀ ਜ਼ਰਾਇਦ ਮੁਤਾਬਕ ਖਬਰ ਮਿਲਦੀ ਪਈ ਹੈ ਨਾ ਕਿ ਜਿਹੜਾ ਸਨ 1988 ਚ ਫਲਾਡ ਆਇਆ ਉਸ ਤੋਂ ਬਾਅਦ ਬਹੁਤ ਬੜਾ ਸਿਲਾਬੀ ਰੇਲਾ ਨਾ ਜਿਹੜਾ ਇਹ ਆ ਰਿਹਾ ਹੈ ਤੇ ਮੈਂ ਇਸ ਵਾਸਤੇ ਵੀਡੀਓ ਦੇ ਵਿੱਚ ਮੈਂ ਦੋਸਤੋਂ ਨਹੀਂ ਆਉਣਾ ਚਾਹੁੰਦਾ ਸੀ ਮੈਂ ਵਾਇਸ ਓਵਰ ਕਰਾਂ ਸੀ ਲੇਕਿਨ ਕਾਫੀ ਦੋਸਤਾਂ ਦੇ ਕਮੈਂਟਸ ਦੇ ਬਾਅਦ ਵਿੱਚ ਮੈਂ ਵੀਡੀਓ ਦੇ ਵਿੱਚ ਆਇਆ ਹੈਡ ਸੁਲਮਾਨ ਕੀ ਤੇ ਪਾਣੀ ਦੀ ਸਤਹ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਹੈਡ ਸੁਲਮਾਨ ਕੀ ਤੇ ਦੋਸਤੋਂ ਇੱਕ ਗੱਲ ਜ਼ਿਹਨ 'ਚ ਰੱਖ ਲੋ ਕਿ ਮੈਂ ਹੁਣੇ ਹੀ ਤਫਸੀਲਾਤ ਲਈਏ ਖਬਰ ਲਈਏ ਹੈਡ ਇਸਲਾਮ ਦਰੈਸਾਤ ਲੁਜਦੂ ਕਿ ਸੂਬੋ ਸ਼ਾਮ ਤੱਕ ਜਿਹੜਾ ਪੌਣੇ 3 ਲੱਖ ਦਾ ਸਿਲਾਬੀ ਰੇਲਾ ਗੁਜ਼ਰਿਆ ਹੈ ਨਾ ਹੈਡ ਗੰਡਾ ਸਿੰਘ ਤੋਂ ਕੱਲ ਦੀ ਤਰੀਕ ਵਿੱਚ ਉਹ ਸੂਬੋ ਸ਼ਾਮ ਤੱਕ ਹੈਡ ਸੁਲਮਾਨ ਕੀ ਤੇ ਪਹੁੰਚਣਾ ਕੰਪਲੀਟ ਹੋਣਾ ਹੈ उस तो बाद जधना है ना हैड सुलमानकी सुबह शाम तक वधना है बस उस तो बाद नहीं वह जो पहुँचना है जेड़ा पहुंच, पहुंच सी फिर अग सूरत हाल उस अगह का पता लग सड इस्लाम दरिया सातलुज तक कितना पहुँचद क्योंकि ना हैडाते गेजा है ना हैडा तू तफसीलात पता लगता हैड गंटा सिंह तू हैड सुलमानकी तू औरड इस्लाम दरिया सातलुज तू बाकी दोस्तों गैप का इलम उस अल्लाह को ਉਸ ਮਾਲਕ ਰੱਬ ਜ਼ੁਲ ਜਲਾਲ ਕੋਲੇ ਤੇ ਮੈਂ ਕੁਝ ਨਹੀਂ ਕਹਿ ਸਕਦਾ ਕਿ ਫਲਾਣੀ ਬਸਤੀ ਨੂੰ ਖਤਰਾ ਹੈ ਫਲਾਣੀ ਸ਼ਹਿਰ ਨੂੰ ਖਤਰਾ ਹੈ ਫਲਾਣੀ ਸ਼ਹਿਰ ਨੂੰ ਖਤਰਾ ਹੈ ਭਾਈ ਮੈਂ ਤੁਹਾਨੂੰ ਖਤਰਾ ਆਖ ਦੇਵਾਂ ਉੱਥੋਂ ਪਾਣੀ ਦਰਿਆ ਦੇ ਵਿੱਚੋਂ ਗੁਜ਼ਰ ਜਾਵੇ ਤੁਹਾਨੂੰ ਖਤਰਾ ਨਾ ਹੋਵੇ ਤੁਸੀਂ ਆਖਸੋ ਭਾਈ ਚਿਹਰੇ ਤੇ ਦਾੜੀ ਮੁਬਾਰਕ ਰੱਖ ਕੇ ਤੂੰ ਝੂਠ ਬੋਲੀ ਜਾਣਾ ਭਾਈ ਮੈਂ ਇਹ ਕੁਝ ਨਹੀਂ ਕਹਿ ਸਕਦਾ ਮੈਂ ਤਾਜ਼اترਿਨ ਅਪਡੇਟ ਤੁਸਾਂ ਦੋਸਤਾਂ ਨਾਲ ਲਗੇ ਸ਼ੇਅਰ ਕੀਤੀ ਰੱਖਸਾਂ ਜੋ ਵੀ ਸੂਰਤ ਹਾਲ ਹੋਸੀ ਤਿੰਨੋਂ ਹੈਡਾਂ ਦੀ ਹੈਡ ਗੰਡਾ ਸਿੰਘ ਦੀ ਔਰ ਹੈਡ ਇਸਲਾਮ ਦਰਿਆ ਸਤਲੁਜ ਦੀ ਔਰ ਹੈਡ ਸੁਲੇਮਾਨ ਕੀ ਦੀ ਤੇ ਮਜੀਦ ਤਫਸੀਲਾਤ ਤੁਸਾਂ ਦੋਸਤਾਂ ਨਾਲ ਲਗੀ ਸ਼ੇਅਰ ਕਰਦੇ ਆਂ ਵੀਡੀਓ ਦੇ ਵਿੱਚ ਮੈਂ ਹੂੰ ਕੈਸਰ ਅਬਾਸ ਰਿਜ਼ਵੀ ਤੁਸਾਂ ਵੇਖਦੇ ਪੈਨੇ ਕਯੂਐਸਆਰ ਵਲੌਗਜ਼ ਅਫੀਸ਼ੀਅਲ ਯੂਟਿਊਬ ਚੈਨਲ ਤੋ ਦੋਸਤੋ ਸ਼ੁਰੂ ਕਰਦੇ ਆਂ ਵੀਡੀਓ ਤੁਹਾਨੂੰ ਹੈਦ ਸਲਾਮ ਦਰੈ ਸਤੂ ਜੇ ਪਾਣੀ ਚਲਦੋ ਇਹ ਵੀਡੀਓ ਵੀ ਵਿਖਾਈਨੇ ਤਿੰਨੋ ਹੈਡਾਂ ਦੀ ਸ਼ਾਮ ਤਕਰੀਬਨ 6 ਵਜੇ ਦੀ ਨੇ ਤਾਜ਼ਾ ਤਰਿਨ ਸੂਰਤਿ ਹਾਲ ਤੁਸਾਂ ਦੋਸਤਾਂ ਨੂੰ ਅਗਾਹ ਕਰਦੇ ਆਂ ਤੋ ਜੀ ਦੋਸਤੋ ਸਭ ਤੋਂ ਪਹਿਲੇ ਤੁਸਾਂ ਦੋਸਤਾਂ ਨੂੰ ਅੱਜ ਦੀ ਤਰੀਕ ਦੱਸ ਦੇਵੀਏ ਮੁਰਤੂ ਸਨ ਦੋਸਤੋ ਅਗੇ ਹੈਡ ਗੰਡਾ ਸਿੰਘ ਹੈਡ ਸੁਲਮਾਨਗੀ ਔਰ ਹੈਡ ਇਸਲਾਮ ਦਰਿਆ ਸਾਤਰੂ ਦੀ ਤਾਜ਼ਰਿਨ ਅਪਡੇਟ ਤੁਸਨ ਦੋਸਤਾਂ ਨਾਲ ਸ਼ੇਅਰ ਕਰਦੇ ਆਂ ਜੀ ਅੱਜ ਦੇ ਦੋਸਤੋ ਤਰੀਕ ਹੈ ਜੀ 20 ਅਗਸਤ 2023 23 ਕਠਵਾ ਮਹੀਨਾ ਸਾਲ 2023 ਐਤਵਾਰ ਦਾ ਦਿਨ ਹੈ ਔਰ ਸ਼ਾਮ 6 ਵਜੇ ਦੀ ਤਾਜ਼ਰਿਨ ਸੂਰਤ ਹਾਲ ਤੁਸਨ ਦੋਸਤਾਂ ਨੂੰ ਦੱਸਣ ਲੱਗੇ ਆਂ ਜੀ ਦੋਸਤੋ ਜਿਹੜਾ ਹੈਡ ਗੰਡਾ ਸਿੰਘ ਤੇ ਪਾਣੀ ਚੱਲਦਾ ਪਿਆ ਉਹ ਹੈ ਜੀ 2 ਲੱਖ 8973 ਕਿਊਸਕ ਤਕਰੀਬਨ ਦੋਸਤੋ 27 ਕਿਊਸਕ ਘਟ ਹੈ 2 ਲੱਖ 9 ਹਜ਼ਾਰ ਦੇ ਵਿੱਚੋਂ ਤੇ ਪਾਣੀ ਦੀ ਜਿਹੜੀ ਸਤਾ ਹੈ ਨਾ ਹੈਡ ਗੰਡਾ ਸਿੰਘ ਤੇ ਕਮ ਹੁੰਦੀ ਜਾ ਰਹੀ ਹੈ ਹਸਤਾ ਹਸਤਾ ਲੇਕਿਨ 2 ਲੱਖ 8 ਹਜ਼ਾਰ ਤਕਰੀਬਨ 9 ਹਜ਼ਾਰ ਕਿਊਸਕ ਛਾਲੇ ਵਿੱਚ ਚੱਲਦਾ ਪਿਆ ਹੈ ਔਰ ਦੋਸਤੋ ਜਿਹੜੀ ਹੈਡ ਹੈ ਨਾ ਸੁਲਮਾਨ ਕੀ ਉਹਦੀ ਜਿਹੜੀ ਤਾਜ਼ਾ ਤਰੀਨ ਸੂਰਤ ਹਾਲ ਹੈ ਜੀ 1 ਲੱਖ 32 ਹਜ਼ਾਰ ਕਿਊਸਕ ਪਾਣੀ ਚੱਲਦਾ ਪਿਆ ਹੈਡ ਸੁਲਮਾਨ ਕੀ ਤੂੰ ਔਰ ਦੋਸਤੋ ਹੈਡ ਇਸਲਾਮ ਦਰਿਆ ਸਤਲੁਜ ਦੀ ਜਿਹੜੀ ਤਾਜ਼ਤਰੀਨ ਸੂਰਤ ਹਾਲ ਹੈ ਉਹ ਹੈ ਜੀ ਤਕਰੀਬਨ 32000 ਕਿਊਸਕ ਸਿਰਫ 32000 ਕਿਊਸਕ ਹੈਡ ਇਸਲਾਮ ਦਰਿਆ ਸਤਲੁਜ ਤੋਂ ਪਾਣੀ ਚੱਲਦਾ ਪਿਆ ਹੈ ਦੋਸਤੋ ਇਹ ਹੈ ਜੀ ਅੱਜ ਸ਼ਾਮ ਦੀ 6 ਵਜੇ ਨਾ ਸ਼ਾਮ 6 ਵਜੇ ਦੀ ਤਾਜ਼ਤਰੀਨ ਸੂਰਤ ਹਾਲ ਜਿਹੜੀ ਤੁਸੀਂ ਦੋਸਤਾਂ ਨੂੰ ਗਾ ਕਰ ਦਿੱਤੀ ਹੈ ਤੁਹਾਨੂੰ ਦੱਸ ਦਿੱਤੀ ਹੈ ਜੀ ਸ਼ਾਮ 6 ਵਜੇ ਦੀ ਰਿਪੋਰਟ ਵੀ ਤਰੀਕ ਦੀ ਤੇ ਦੋਸਤੋ ਮੁੜ ਵੀ ਤੁਸਾਂ ਦੋਸਤਾਂ ਨੂੰ ਅਰਜ਼ ਕਰ ਦੇਵਾਂ ਕਿ ਦੋਸਤੋ ਜਿਹੜੀ ਤਾਜ਼ਾ ਤਰੀਨ ਅਪਡੇਟ ਉਹ ਸੀ ਤਾਜ਼ਾ ਤਰੀਨ ਸੂਰਤ ਹਾਲ ਉਹ ਸੀ ਤਿੰਨੋਂ ਹੈਡਾਂ ਦੀ ਉਹ ਮੈਂ ਤੁਸਾਂ ਦੋਸਤਾਂ ਨਾਲ ਸ਼ੇਅਰ ਕੀਤੀ ਰੱਖਾਂ ਬਾਕੀ ਮੈਂ ਤੁਹਾਨੂੰ ਦੋਸਤੋ ਝੂਠ ਨਹੀਂ ਬੋਲਦਾ ਜੋ ਵੀ ਅਪਡੇਟ ਤਾਜ਼ਾ ਤਰੀਨ ਹੋ ਸੀ ਹਾਜ਼ਰ ਮੌਕੇ ਤੇ ਉਹ ਤੁਸਾਂ ਦੋਸਤਾਂ ਤੱਕ ਪਹੁੰਚਦੀ ਰਹੀ ਸੀ ਬਾਕੀ ਇਹ ਨਹੀਂ ਆਖਦੇ ਆ ਫਲਾਣੀ ਬਸਤੀ ਨੂੰ ਖਤਰਾ ਹੈ ਫਲਾਣੇ ਸ਼ਹਿਰ ਨੂੰ ਖਤਰਾ ਹੈ ਫਲਾਣੇ ਸ਼ਹਿਰ ਨੂੰ ਖਤਰਾ ਹੈ ਇਹ ਮੈਂ ਕੁਝ ਨਹੀਂ ਕਹਿ ਸਕਦਾ ਗੈਬ ਦਲਮ ਸਿਰਫ ਅੱਲਾ ਸੋਹਣੇ ਰੱਬ ਜੁਲ ਜਲਾਲ ਕੋਲੇ ਅੱਲਾ ਸੋਹਣਾ ਹਰ ਮੁਸਲਮਾਨ ਦੀ ਖੈਰ ਕਰੇ ਜੀ ਤੇ ਹੁਣ ਦੀ ਮੈਂ ਇਜਾਜ਼ਤ ਇਨਸ਼ਾਅੱਲਾ ਤੁਹਾਨੂੰ ਮਿਲਦੇ ਹਾਂ ਅਗਲੇ ਨੈਕਸਟ ਵਲੌਗ ਦੇ ਵਿੱਚ ਨੈਕਸਟ ਖਬਰ 'ਚ ਹਾਜ਼ਰ ਹੋਣੇ ਬਹੁਤ ਸਾਰਾ ਰੱਖੇ ਆਪਣਾ ਖਿਆਲ ਖੁਸ਼ ਰਹੇ ਆਬਾਦ ਰਹੇ ਅੱਲਾ ਹਾਫਿਜ਼